ਮੈਂ ਗੁਰਪ੍ਰੀਤ ਸਿੰਘ ਲਾਡੀ ਅਜੀਤ ਵੈਬ ਟੀ ਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਅੱਜ ਅਸੀਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਮੀਤ ਜੀ, ਪਹਿਲਾਂ ਤਾਂ ਅਸੀਂ ਅਜੀਤ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਮੁਬਾਰਕਬਾਦ ਦਿੰਦੇ ਹਾਂ। ਤੁਹਾਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ, ਅਤੇ ਪਹਿਲਾ ਮੇਰਾ ਸਵਾਲ ਇਹ ਆ ਵੀ ਤੁਹਾਡਾ ਪਿਛੋਕੜ ਅਤੇ ਸਿਆਸੀ ਜੀਵਨ ਜਿਹੜਾ ਉਹ ਸਾਡੇ ਪਾਠਕਾਂ ਨਾਲ ਸਾਂਝਾ ਕਰੋ। ਸਭ ਤੋਂ ਪਹਿਲਾਂ ਤਾਂ ਜੀ ਅਜੀਤ ਵੈਬ ਟੀ ਵੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਲਾਡੀ ਜੀ ਧੰਨਵਾਦ। ਮੇਰਾ ਕੋਈ ਸਿਆਸੀ ਜੀਵਨ ਬਹੁਤਾ ਲੰਬਾ ਨਹੀਂ ਅਤੇ ਨਾ ਹੀ ਸਾਡੇ ਪਰਿਵਾਰ 'ਚੋਂ ਕੋਈ ਪਹਿਲਾਂ ਸਿਆਸਤ 'ਚ ਆਇਆ, ਪਰ ਮੈਂ ਆਪਣੀ ਜਦੋਂ ਮੈਂ ਪੜ੍ਹਾਈ ਪੂਰੀ ਕੀਤੀ ਮੈਂ ਮਕੈਨੀਕਲ ਇੰਜੀਨੀਅਰ ਹਾਂ। ਉਸ ਤੋਂ ਬਾਅਦ ਮੈਂ IAS ਦੀ ਤਿਆਰੀ ਕਰਦਾ ਸੀ, ਮੈਨੂੰ ਤਿਆਰੀ ਕਰਦੇ ਨੂੰ ਹਜੇ ਦੂਸਰਾ ਸਾਲ ਸੀ ਅਤੇ ਉਦੋਂ ਅੰਨਾ ਅੰਦੋਲਨ ਸ਼ੁਰੂ ਹੋਇਆ। ਉਦੋਂ ਵੀ ਮੈਂ ਕੋਈ ਅੰਨਾ ਅੰਦੋਲਨ 'ਚ, ਕਿਉਂਕਿ ਪਤਾ ਨਹੀਂ ਸੀ ਵੀ ਇਹਨੇ ਇੱਕ ਰਾਜਨੀਤਿਕ ਪਾਰਟੀ ਬਣ ਜਾਣਾ, ਇਸੇ ਕਰਕੇ ਗਏ ਸੀ ਵੀ ਕੋਈ ਬਦਲਾ ਸਕੇ। ਅੱਜ ਜੋ ਪੰਜਾਬ ਦੇ ਹਾਲਾਤ ਨੇ ਇਹਨਾਂ ਤੋਂ ਦੁਖੀ ਸੀ, ਜਿਹੜੀ ਲੋਕਾਂ ਦੀ ਲੁੱਟ ਹੋ ਰਹੀ ਆ ਉਹ ਤੋਂ ਦੁਖੀ ਸੀ, ਇਸੇ ਕਰਕੇ ਅੰਨਾ ਅੰਦੋਲਨ 'ਚ ਗਏ। ਅੰਨਾ ਅੰਦੋਲਨ ਤੋਂ ਬਾਅਦ ਕਦੋਂ ਅੰਨਾ ਅੰਦੋਲਨ ਇੱਕ ਪਾਰਟੀ 'ਚ ਤਬਦੀਲ ਹੋ ਗਿਆ ਅਤੇ ਕਦੋਂ ਅਸੀਂ ਉਹ ਅੰਦੋਲਨ ਨਾਲ ਚੱਲਦੇ ਚੱਲਦੇ ਰਾਜਨੀਤਿਕ ਹੋ ਗਏ ਇਹ ਪਤਾ ਨਹੀਂ ਲੱਗਿਆ। ਹਜੇ ਵੀ ਮੈਂ ਕਹੂੰਗਾ ਅਸੀਂ ਰਾਜਨੀਤਿਕ ਨਹੀਂ, ਅਸੀਂ ਹਜੇ ਸਾਡਾ ਇਹ ਅੰਦੋਲਨ ਹੀ ਚੱਲ ਰਿਹਾ, ਇੱਕ ਬਦਲਾਅ ਲਈ ਇੱਕ ਇਨਕਲਾਬ ਚੱਲ ਰਿਹਾ। ਸਮਾਜ ਸੇਵਾ ਦੇ ਖੇਤਰ 'ਚ ਹੁਣ ਤੱਕ ਦਾ ਤੁਹਾਡਾ ਕੋਈ ਯੋਗਦਾਨ ਹੋਵੇ ਉਹਦੇ ਬਾਰੇ ਦੱਸੋ। ਸਮਾਜ ਸੇਵਾ ਦਾ, ਕਿਉਂਕਿ ਮੇਰੀ ਹਜੇ ਬਹੁਤ ਹੀ ਉਮਰ ਨਹੀਂ, ਮੇਰੀ ਮੈਂ ਹਜੇ 28ਵੇਂ ਸਾਲ 'ਚ ਹਾਂ। ਪਹਿਲਾਂ ਮੈਂ ਪੜ੍ਹਾਈ ਕਰਦਾ ਸੀ, ਪੜ੍ਹਾਈ ਦੇ ਨਾਲ ਨਾਲ ਮੈਂ ਇੰਨਾ ਕੁ ਜ਼ਰੂਰ ਹੈ ਵੀ ਮੈਂ ਬੱਚਿਆਂ ਨੂੰ, ਜੋ ਗਰੀਬ ਬੱਚੇ ਆ ਉਹਨਾਂ ਨੂੰ ਮੈਂ ਪੜ੍ਹਾਉਂਦਾ ਵੀ ਰਿਹਾ, ਅਤੇ ਮੇਰਾ ਜਾਨਵਰਾਂ ਨਾਲ ਬਹੁਤ ਪਿਆਰ ਹੈ। ਮੈਂ ਇੱਕ PFA ਨਾਲ ਜੁੜਿਆ ਹੋਇਆ, ਚੰਡੀਗੜ੍ਹ ਜਿਹੜੇ 38 ਸੈਕਟਰ ਉੱਥੇ ਵੀ ਜੁੜਿਆ ਹੋਇਆ, ਅਤੇ ਲੁਧਿਆਣੇ ਉਹ ਪਿੰਡ ਹੈ ਖਵਾਜਕਾ, ਉੱਥੇ ਮੈਂ PFA ਨਾਲ, ਮਤਲਬ ਕਿ ਕੋਈ ਵੀ ਜਾਨਵਰ ਮੈਨੂੰ ਫੱਟੜ ਮਿਲਦਾ ਸੜਕ 'ਤੇ ਮਿਲ ਜੇ ਮੈਂ ਉੱਥੇ ਐਡਮਿਟ ਕਰਵਾਉਣਾ। ਨਿੱਜੀ ਰਾਜਨੀਤੀ ਦੇ ਵਿੱਚ ਆਉਣ ਦਾ ਤੁਹਾਡਾ ਕੀ ਮੇਨ ਮਕਸਦ ਆ, ਕੀ ਉਦੇਸ਼ ਹੈਗਾ ਰਾਜਨੀਤੀ 'ਚ? ਜੇ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਰਾਜਨੀਤੀ 'ਚ ਨਹੀਂ ਸੀ ਆਇਆ, ਮੈਂ ਬਦਲਾਅ ਲਈ ਇੱਕ ਅੰਦੋਲਨ 'ਚ ਗਿਆ ਸੀ। ਉਦੋਂ ਇਸੇ ਕਰਕੇ ਗਿਆ ਸੀ ਕਿ ਸਾਡੇ ਪੰਜਾਬ ਦੇ ਜਿਹੜੇ ਗਰੀਬ ਲੋਕ ਹੈ ਹੋਰ ਗਰੀਬ ਹੁੰਦੇ ਜਾ ਰਹੇ ਹੈ, ਲੋਕਾਂ ਦੀ ਲੁੱਟ ਹੋ ਰਹੀ ਹੈ, ਨੌਜਵਾਨ ਨਸ਼ੇ 'ਚ ਹੈ। ਮੇਨ ਸਮੱਸਿਆਵਾਂ ਇਸ ਟਾਈਮ ਕਿਹੜੀਆਂ ਨੇ ਪੰਜਾਬ ਦੀਆਂ? ਪੰਜਾਬ ਦੀ ਸਭ ਤੋਂ ਅੱਜ ਦੀ ਜੋ ਵੱਡੀ ਸਮੱਸਿਆ ਉਹ ਨਸ਼ਾਖੋਰੀ ਦੀ ਹੈ, ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਅਤੇ ਕਰਪਸ਼ਨ ਦਾ ਤਾਂ ਤੁਹਾਨੂੰ ਪਤਾ ਹੀ ਹੈ। ਬਾਕੀ ਜੇ ਹੋਰ ਡਿਸਕਸ ਕਰੀ ਚੱਲੀਏ ਉਹ ਆਪਾਂ ਮੁੱਕ ਨਹੀਂ ਸਕਦੀਆਂ। ਜਿਵੇਂ ਅੱਜ ਦੀ ਸਰਕਾਰ ਹੀ ਸਭ ਤੋਂ ਵੱਡੀ ਸਮੱਸਿਆ ਸੀ ਜੋ ਲੋਕਾਂ ਲਈ ਬਣੀ ਹੋਈ ਸੀ, ਜਿਹੜੀ ਲੋਕਾਂ ਦਾ ਰੁਜ਼ਗਾਰ ਖਾ ਗਈ, ਵਪਾਰ ਖਾ ਗਈ, ਬੱਸਾਂ ਖਾ ਗਈ, ਰੇਤਾ ਖਾ ਗਈ, ਕੇਬਲਾਂ ਖਾ ਗਈ, ਸਭ ਤੋਂ ਵੱਡੀ ਸਮੱਸਿਆ ਸਾਡੀ ਸਰਕਾਰ ਸੀ ਜਿਹਨੇ ਸਾਰੀ ਲੁੱਟ ਮਚਾਈ ਹੋਈ ਆ। ਜਦੋਂ ਸਰਕਾਰ ਬਦਲੀ ਗਈ ਇਹਦੇ ਨਾਲ ਆਪਦੇ ਆਪ ਸਮੱਸਿਆਵਾਂ ਖਤਮ ਹੋ ਜਾਣਗੀਆਂ। ਕਿਹੋ ਜਿਹੀ ਸਰਕਾਰ ਦੀ ਲੋੜ ਆ ਜਿਹੜੀ ਤੁਸੀਂ ਮੰਨਦੇ ਹੋ ਵੀ ਸੂਬੇ ਵਿੱਚ ਕਈ ਜੀ ਸਰਕਾਰ ਚਾਹੀਦੀ ਆ? ਇੱਥੇ ਸੂਬੇ 'ਚ ਜਿਹੜੀ ਸਰਕਾਰ ਚਾਹੀਦੀ ਆ ਉਹ ਕਿਸੇ ਪਾਰਟੀ ਦੀ ਸਰਕਾਰ ਨਹੀਂ ਚਾਹੀਦੀ, ਜਿਹੜੀਆਂ ਖੁਦ ਨੂੰ ਪਾਰਟੀਆਂ ਕਹਾਉਣ ਲੱਗਦੀਆਂ, ਜਿਹੜੀਆਂ ਲੋਕਾਂ ਦੀ ਲੁੱਟ ਕਰਦੀਆਂ, ਜਿਹੜੀਆਂ ਸੇਵਾ ਵਾਲੀਆਂ ਨਹੀਂ, ਰਜਵਾੜਿਆਂ ਦੀਆਂ ਵਪਾਰੀਆਂ ਦੀਆਂ ਪਾਰਟੀਆਂ ਬਣ ਗਈਆਂ, ਤਾਨੇਸ਼ਾਹੀਆਂ ਦੀਆਂ ਪਾਰਟੀਆਂ ਬਣ ਗਈਆਂ, ਕਿ ਜਿਹੜੀ ਸਰਕਾਰ ਆਵੇ ਉਹ ਦਲਿਤਾਂ ਦੀ, ਮਜ਼ਦੂਰਾਂ ਦੀ, ਕਿਸਾਨਾਂ ਦੀ, ਵਪਾਰੀਆਂ ਦੀ, ਪੱਛੜੀਆਂ ਦੀ ਸਰਕਾਰ ਆਵੇ, ਇੱਥੇ ਲੋਕਾਂ ਦੀ ਸਰਕਾਰ ਆਉਣੀ ਚਾਹੀਦੀ ਹੈ। ਕਿਸੇ ਮੇਰੀ ਦਿਲੀ ਇੱਛਾ ਹੈ ਕਿ ਪਾਰਟੀ ਦੀ ਸਰਕਾਰ ਨਾ ਆਵੇ।
ਮੈਂ ਜੀ ਲਾਸਟ 'ਤੇ ਇੱਕ ਬਸ ਇਹੀ ਆ ਵੀ ਸਾਡੇ ਸਰੋਤਿਆਂ ਨੂੰ ਪਾਠਕਾਂ ਨੂੰ ਕੋਈ ਸੰਦੇਸ਼ ਤੁਹਾਡੇ ਵੱਲੋਂ, ਖਾਸ ਸੰਦੇਸ਼? ਮੇਰੇ ਵੱਲੋਂ ਸੰਦੇਸ਼ ਇਹੀ ਹੈ ਕਿ ਜਿਹੜੇ ਇੰਡਸਟਰੀਅਲਿਸਟ ਬੰਦੇ ਆ ਉਹਨਾਂ ਨੂੰ ਅਸੀਂ ਰਾਜਨੀਤੀ 'ਚੋਂ ਕੱਢਣਾ ਪੈਣਾ, ਕਿਉਂਕਿ ਉਹਨਾਂ ਨੇ ਰਾਜਨੀਤੀ ਨੂੰ ਵਪਾਰ ਬਣਾਤਾ ਕਿ ਵੋਟਾਂ ਤੋਂ ਪਹਿਲਾਂ 2 ਮਹੀਨੇ ਆਓ, ਇੱਥੇ ਆਟਾ ਵੰਡੋ, ਛਾਲ ਵੰਡੋ, ਭਾਂਡੇ ਵੰਡੋ, ਜਿੰਮਾਂ ਵੰਡੋ, ਮਹੀਨਾ ਪਹਿਲਾਂ ਦਾਰੂ ਵੰਡਣੀ ਸ਼ੁਰੂ ਕਰ ਦਿਉ, ਅਤੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਪੈਸੇ ਦੇ ਕੇ ਵੋਟਾਂ ਖਰੀਦੋ। ਇਹ ਵਪਾਰ ਬਣਾ ਲਿਆ ਇਹਨਾਂ ਨੇ, 20-20 ਕਰੋੜ ਰੁਪਈਆ ਵੋਟਾਂ 'ਚ ਲਾਉਂਦੇ ਆ ਅਤੇ ਜਿੱਤਣ ਤੋਂ ਬਾਅਦ 1000 ਕਰੋੜ ਰੁਪਈਆ ਕਮਾਉਂਦੇ ਆ, ਕਿਉਂਕਿ ਵਪਾਰੀ ਨੇ, ਇਹ ਲੋਕਾਂ ਦੇ ਸੇਵਕ ਨਹੀਂ ਹੈਗੇ। ਜਿੰਨਾ ਟਾਈਮ ਇਲੈਕਸ਼ਨ 'ਚੋਂ, ਸਿਆਸਤ 'ਚੋਂ ਵਪਾਰੀ ਨਹੀਂ ਜਾਣਗੇ, ਉਨਾ ਟਾਈਮ ਲੋਕਾਂ ਦੀ ਸੇਵਾ ਨਹੀਂ ਹੋ ਸਕੂਗੀ। ਇਹ ਸਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਗੁਰਮੀਤ ਸਿੰਘ ਜੀ ਮੀਤਿਆਰ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਇਹਨਾਂ ਨੇ ਸਾਡੇ ਨਾਲ ਗੱਲ ਕੀਤੀ।